ਹਾਂਜੀ ਕਿੱਦਾਂ ਸਾਰੇ ਸਾਰੇ ਸਾਥ ਸ਼੍ਰੀ ਕਾਲ ਜੀ ਇਹ ਵੀਡੀਓ ਸਾਰੇ ਪਾਸੇ ਪਹੁੰਚਾਇਓ ਤੁਹਾਨੂੰ ਦਿਖਾਉਣਾ ਅਫਗਾਨਿਸਤਾਨ ਚ ਭਾਰਤ ਦਾ 3 ਬਿਲੀਅਨ ਡਾਲਰ ਤੋਂ ਜ਼ਿਆਦਾ ਪੈਸਾ ਇਨਵੈਸਟ ਹੋਇਆ ਹਾਂਜੀ ਸਹੀ ਸੁਣਿਆ ਤੁਸੀਂ ਜੇ ਆਪਾਂ ਰੁਪਈਆ ਚ ਕਰਨ ਲੱਗੇ ਤਾਂ ਜ਼ੀਰੋਆਂ ਮੁੱਕ ਜਾਣੀਆਂ 3 ਬਿਲੀਅਨ ਡਾਲਰ ਇਹ ਦੇਖ ਸਕਦੇ ਆ ਅਫਗਾਨਿਸਤਾਨ ਦਾ ਡੈਮ ਆ ਜੀ ਭਾਰਤ ਦਾ ਝੰਡਾ ਪਾਇਆ ਹੋਇਆ ਇਹ ਹੈਗਾ ਜੀ ਸਲਮਾ ਡੈਮ ਕਿੱਥੇ ਭਾਰਤ ਨੇ ਕਿੰਨੇ ਪੈਸੇ ਖਰਚੇ ਤੁਹਾਨੂੰ ਦਿਖਾਉਣੇ ਆ ਤੇ ਹੁਣ ਉਹਨਾਂ ਪੈਸਿਆਂ ਦਾ ਕੀ ਹੋਊਗਾ ਤਾਲੀਬਾਨ ਕੀ ਕਰੂਗਾ ਤੇ ਬਾਕੀ ਤਾਲੀਬਾਨ ਤੇ ਵੀ ਵੀਡੀਓ ਆਉਣੀ ਆ ਤੁਸੀਂ ਰਿਸਪੌਂਸ ਵਧੀਆ ਦਿਓ ਸ਼ੇਅਰ ਕਰੋ ਕਲਿੱਕ ਕਰੋ ਮੈਂ ਕਹਾਂ ਕੰਮ ਆਪਾਂ ਪੂਰਾ ਚੱਕ ਕੇ ਰੱਖਣਾ ਤਾਲੀਬਾਨ ਦਾ ਭਾਵ ਕੀ ਆ ਤਾਲੀਬਾਨ ਬਾਈ ਜੀ ਉਹਨਾਂ ਦੀ ਭਾਸ਼ਾ 'ਚ ਸਟੂਡੈਂਟ ਨੂੰ ਕਹਿੰਦੇ ਵਿਦਿਆਰਥੀ ਨੂੰ ਉਹ ਵੱਖਰੀ ਗੱਲ ਆ ਇਹ ਵੀਡੀਓ 'ਚ ਹੈਗਾ ਕਿ ਭਾਰਤ ਦਾ 3 ਬਿਲੀਅਨ ਡਾਲਰ ਹੈ अफगानिस्तान च किथे ਨਵੈਸਟ ਹੋਇਆ ਡੈਮ ਬਣਾ ਕੇ ਦਿੱਤੇ ਭਾਰਤ ਨੇ ਭਾਰਤ ਦਾ ਮਤਲਬ ਭਾਰਤ ਆ ਜੀ ਚ ਮੋਦੀ ਨਹੀਂ ਕਹਿ ਸਕਦੇ ਕਈ ਕਾਰਜ ਕਾਂਗਰਸ ਸਰਕਾਰ ਨੇ ਸ਼ੁਰੂ ਕੀਤੇ ਸੀਗੇ ਮਨਮੋਹਨ ਸਿੰਘ ਜੀ ਵੇਲੇ ਤੇ ਸੰਪੂਰਨ ਮੋਦੀ ਵੇਲੇ ਹੋਏ ਆ ਸੋ ਭਾਵੇਂ ਇਸ ਵੀਡੀਓ ਦਾ ਭਾਰਤ ਆ ਭੀ ਇੰਡੀਆ ਦੇਸ਼ ਨੇ ਅਫਗਾਨਿਸਤਾਨ ਚ 3 ਬਿਲੀਅਨ ਡਾਲਰ ਕਿੱਥੇ ਕਿੱਥੇ ਖਰਚਿਆ ਹੋਇਆ ਤੇ ਤੁਹਾਨੂੰ ਦਿਖਾਉਣੇ ਆ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਅਫਗਾਨ ਇੰਡੀਆ ਫਰੈਂਡਸ਼ਿਪ ਡੈਮ ਇਸ ਨੂੰ ਸਲਮਾ ਡੈਮ ਵੀ ਕਿਹਾ ਜਾਂਦਾ ਇਸ ਤੇ ਕਿੰਨੇ ਪੈਸੇ ਖਰਚ ਹੋਏ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਆ ਜਾਓ ਸ਼ੁਰੂ ਕਰਦੇ ਆ ਪਹਿਲਾਂ ਆਪਣਾ ਨਕਸ਼ਾ ਦੇਖੀਏ ਵੀ ਪੈਸੇ ਇਨਵੈਸਟ ਕਿੱਥੇ ਕਿੱਥੇ ਹੋਏ ਆ 3 ਬਿਲੀਅਨ ਡਾਲਰ ਤੋਂ ਜ਼ਿਆਦਾ ਭਾਰਤ ਦਾ ਇਨਵੈਸਟ ਹੋ ਚੁੱਕਾ ਅਫਗਾਨਿਸਤਾਨ ਚ ਤੇ ਰੁਪਈਆਂ ਦੀ ਤਾਂ ਭਰਾਵੋ ਤੁਸੀਂ ਗੱਲੇ ਹੀ ਛੱਡੋ ਜ਼ੀਰੋਆਂ ਮੁੱਕ ਜਾਣੀਆਂ 3 ਬਿਲੀਅਨ ਡਾਲਰ ਦੇ ਰੁਪਈਏ ਬਹੁਤ ਬਣਦੇ ਆ ਸੋ ਕਿੱਥੇ ਕਿੱਥੇ ਇਹਨਾਂ ਦਾ ਕੀ ਆ ਇੱਕ ਤਾਂ ਇਹ ਨਹੀਂ ਆ ਹਾਈਵੇ ਬਣਾ ਕੇ ਦਿੱਤਾ ਹਨਾ ਜ਼ਾਰੰਦ ਦੇ ਲਾਰਮ ਹਾਈਵੇ ਇਹ ਸਾਰੀਆਂ ਚੀਜ਼ਾਂ ਬਾਰੇ ਮੈਂ ਦੱਸਦਾ ਆਹ ਰਾਤ ਚ ਡੈਮ ਬਣਾ ਕੇ ਦਿੱਤਾ ਆ ਹਨਾ ਸਲਮਾ ਡੈਮ ਤੇ ਇੱਧਰ ਆਪਣਾ ਹੈਗਾ ਆ 2 ਨੰਬਰ ਤੇ ਹੈਗਾ ਆ ట్రాన్స్‌ਮਿਸ਼ਨ ਲਾਈਨ ਹੈ ਤੇ ਆਪਣੀ 4 ਨੰਬਰ ਤੇ ਹੈਗੀ ਆ ਅਫਗਾਨ ਪਾਰਲੀਮੈਂਟ ਹਨਾ ਆਦਰ ਲਿਖਿਆ ਵੀ ਹੋਇਆ ਸਾਈਡ ਤੇ ਸਾਰਾ ਕੁਝ ਤੁਸੀਂ ਇੱਥੇ ਡੈਮ ਆ ਜਿਹੜਾ ਸ਼ੁਰੂਜ ਦਿਖਾਇਆ ਤੇ ਆਹ ਹਾਈਵੇ ਕਿਉਂ ਬਣਾ ਕੇ ਦਿੱਤਾ ਆਈ ਦਾ ਕੀ ਫਾਇਦਾ ਭਾਰਤ ਨੂੰ ਹਰ ਇੱਕ ਚੀਜ਼ ਚ ਹਰ ਕੋਈ ਦੇਸ਼ ਆਪਣਾ ਫਾਇਦਾ ਹੀ ਦੇਖਦਾ ਹੁੰਦਾ ਸੋ ਮੂਰਖ ਨਹੀਂ ਸੀ ਭਾਰਤ ਵਾਲੇ ਵੀ 3 ਬਿਲੀਅਨ ਡਾਲਰ ਐਵੇਂ ਨਹੀਂ ਅਫਗਾਨਿਸਤਾਨ ਚ ਇਨਵੈਸਟ ਕੀਤੇ ਯਾਨੀ ਆਪਣਾ ਫਾਇਦਾ ਦੇਖ ਕੇ ਕੀਤੇ ਆ ਹਨਾ ਸੋ ਦੇਖ ਸਕਦੇ ਆ ਇੰਦਰਾ ਗਾਂਧੀ ਇੰਸਟੀਚਿਊਟ ਆਫ ਚਾਈਲਡ ਹੈਲਥ ਐਂਡ ਹਬੀਬਾ ਸਕੂਲ ਇੰਦਰਾ ਗਾਂਧੀ ਦੇ ਨਾਂ ਤੇ ਚਾਈਲਡ ਹੈਲਥ ਆ ਜੀ ਹਿਨੀ ਦੇਖ ਲਓ ਭਰਾਵੋ ਇੰਦਰਾ ਗਾਂਧੀ ਦੇ ਨਾਂ ਤੇ ਅਫਗਾਨਿਸਤਾਨ ਚ ਵੀ ਕਰਤਾ ਛੱਡਿਓ ਨਾ ਕੋਈ ਜਗ੍ਹਾ ਹੈ ਚਲੋ ਆ ਜਾਓ ਦਿਖਾਉਣੀ ਆ ਤੁਹਾਨੂੰ ਪਹਿਲਾਂ ਤਾਂ ਆਹ ਦਿਖਾਉਣੀ ਪਿਆ ਹਾਈ ਵੀ ਨਹੀਂ ਕਾਤੇ ਬਣਾ ਕੇ ਦਿੱਤਾ ਹਨਾ ਸੋਈ ਦਾ ਫਾਇਦਾ ਭਾਰਤ ਨੇ ਕਿੱਦਾਂ ਚੱਕਿਆ ਤੇ ਹਾਂਜੀ ਜੀ ਔਖੇ ਸੌਖੇ ਤਰੀਕੇ ਨੇ ਆਪਾਂ ਸਾਰਾ ਕੁਝ ਸਮਝ ਜਾਣਾ ਕੋਈ ਅਲਜਬਰੇ ਦਾ ਪਹਾੜਾ ਨਹੀਂਗਾ ਸੋ ਇੱਧਰ ਆ ਗਿਆ ਜੀ ਪਾਕਿਸਤਾਨ ਸੋ ਭਾਰਤ ਦਾ ਜਿਹੜਾ ਪੋਰਟ ਆ ਬੰਬੇ ਦਾ ਜਾਂ ਆਪਣੇ ਕਾਂਡਲਾ ਪੋਰਟ ਸਾਰਾ ਕੁਝ ਇੱਥੋਂ ਸਮਾਨ ਜਾਂਦਾ ਸੀ ਭਾਰਤ ਅਫਗਾਨਿਸਤਾਨ ਤੇ ਈਰਾਨ ਚ 2013 ਦੇ ਗੇੜ 'ਚ ਇੱਕ ਸੰਧੀ ਹੋਈ ਸੀਗੀ ਈਰਾਨ ਨੇ ਈਰਾਨ ਨੇ ਕਿਉਂ ਸ਼ਰਤਾ ਮੰਨੀਆਂ ਭਾਰਤ ਦੀਆਂ ਜਾਂ ਅਫਗਾਨਿਸਤਾਨ ਨੇ ਕਿਉਂ ਮੰਨੀਆਂ ਹੁਣ ਅਫਗਾਨਿਸਤਾਨ ਵਿਚਾਰਿਆਂ ਕੋ ਪੈਸੇ ਹੈ ਨਹੀਂ ਸੀ ਈਰਾਨ ਤੇ ਲਾਤੀਆਂ ਸੀ ਕੀ ਕਹਿੰਦੇ ਹੁੰਦੇ ਸੈਂਕਸ਼ਨਸ ਮਤਲਬ ਅ ਅਮਰੀਕਾ ਨੇ ਸੈਂਕਸ਼ਨਸ ਲਾਤੀਆਂ ਸੀ ਕਿ ਇਹਦਾ ਸਮਾਨ ਕਿਸੇ ਨੇ ਖਰੀਦਣਾ ਨਹੀਂ ਸੋ ਈਰਾਨ ਕਹਦੇ ਤੇ ਨਿਰ ਪਰਿਆ ਇਕੱਲੇ ਤੇਲ ਤੇ ਨਿਰ ਪਰਿਆ ਸੋ ਈਰਾਨ ਦਾ ਤੇਲ ਕੱਲਾ ਚੀਨ ਤੇ ਭਾਰਤ ਲੈਂਦੇ ਸੀਗੇ ਸੋ ਈਰਾਨ ਵਾਲੇ ਭਾਰਤ ਨਾਲ ਸੰਧੀ 'ਚ ਓਕੇ ਹੋ ਗਿਆ ਸੀ ਕੰਮ ਕਹਿੰਦੇ ਚਲੋ ਠੀਕ ਹੈ ਤਿੰਨਾਂ ਦੇ ਇੱਛਾ ਨੇ 2013 'ਚ ਇੱਕ ਸੰਧੀ ਕੀਤੀ ਸੀ ਸੋ ਭਾਰਤ ਤੋਂ ਸਮਾਨ ਜਾਂਦਾ ਸੀ ਆਹ ਵਾਲੀ ਸ਼ਵਾਰਪੋਰਟ ਹੈਨਾ ਜੋ ਵੀ ਸ਼ਵਾਰਪੋਰਟ ਸ਼ਵਾਰ ਇਦਾਂ ਦਾ ਕੁਝ ਨਾ ਆਇਆ ਤੇ ਇਸ ਤੋਂ 70 ਕਿਲੋਮੀਟਰ 72 ਕਿਲੋਮੀਟਰ ਦੂਰ ਆ ਜੀ ਆ ਗਵਾਦਰ ਪੋਰਟ ਜਿਸ ਚ ਚੀਨ ਦਾ ਪੈਸਾ ਇਨਵੈਸਟ ਆ ਇਹ ਪਾਕਿਸਤਾਨ ਚ ਆ ਇਹ ਚ ਸਾਰਾ ਹੀ ਆਲਮੋਸਟ ਪੈਸਾ ਚੀਨ ਦਾ ਇਨਵੈਸਟ ਆ ਸੋ ਹੁਣ ਕਿਉਂਕਿ ਪਾਕਿਸਤਾਨ ਆਪਣੀਆਂ ਦਾ ਵੀਡੀਓ ਚਲੋ ਪਾਕਿਸਤਾਨ ਤੋਂ ਵੀ ਬਥੇਰੇ ਭਾਈ ਸੁਣਦੇ ਆ ਆਪਣਾ ਦਾ ਕਿਸੇ ਨਾਲ ਕੋਈ ਹੈ ਨਾ ਮਸਲਾ ਹੈ ਨਹੀਂਗਾ ਸੋ ਜਿੱਦਾਂ ਤੁਹਾਨੂੰ ਪਤਾ ਭਾਰਤ ਤੇ ਪਾਕਿਸਤਾਨ ਦੀ ਇੰਨੀ ਬਣਦੀ ਨਹੀਂ ਸਭ ਨੂੰ ਪਤਾ ਆ ਸੋ ਭਾਰਤ ਨੇ ਆਪਣਾ ਸਮਾਨ ਅਫਗਾਨਿਸਤਾਨ ਪਹੁੰਚਾਉਣਾ ਸੀ ਗੱਬੇ ਪਾਕਿਸਤਾਨ ਪੈਂਦਾ ਸਮਾਨ ਕਿੱਦਾਂ ਪਹੁੰਚਾਉਂਦੇ ਸੋ ਭਾਰਤ ਨੇ ਕੀਤੀ ਬਾਈ ਜੀ ਅਫਗਾਨਿਸਤਾਨ ਤੇ ਰਾਨ ਨਾਲ ਸੰਧੀ ਭਾਰਤ ਦਾ ਸਮਾਨ ਬਾਇਆਸ਼ਿਪ ਇੱਥੇ ਜਾਂਦੇ ਸੀ ਤੇ ਇੱਥੋਂ ਫਿਰ ਅਫਗਾਨਿਸਤਾਨ ਚ ਜਾਂਦੇ ਸੀ ਤੇ ਜਿਹੜਾ ਹਾਈਵੇ ਬਣਾਇਆ ਭਾਰਤ ਨੇ ਇੱਥੇ ਬਣਾ ਕੇ ਦਿੱਤਾ 220 ਕਿਲੋਮੀਟਰ ਦਾ ਸੋ 14-16 ਘੰਟਿਆਂ ਦਾ ਸਫ਼ਰ ਸਿਰਫ 2 ਘੰਟੇ ਦਾ ਰਹਿ ਗਿਆ ਸੀਗਾ ਐਵੇਂ ਨਹੀਂ ਭਾਰਤ ਨੇ 3 ਬਿਲੀਅਨ ਡਾਲਰ ਅਫਗਾਨਿਸਤਾਨ ਚ ਖਰਚਿਆ ਆਪਣਾ ਫਾਇਦਾ ਦੇਖ ਕੇ ਹੀ ਖਰਚਿਆ ਸੋ ਜਿਹੜੇ ਦੇਸ਼ ਹੁੰਦੇ ਆ ਹਰ ਕੋਈ ਪਹਿਲਾਂ ਆਪਣਾ ਫਾਇਦਾ ਸੋਚਦਾ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣਾ ਹੈ ਨਾ ਸੋ ਇਹ ਵੀ ਸੇਮ ਹੀ ਆ ਆ ਦੇਖ ਸਕਦੇ ਆ ਜੀ ਇੱਥੋਂ ਇੰਡੀਆ ਤੋਂ ਸਮਾਨ ਆਉਂਦਾ ਹੈ ਇਸ ਆਇਰਾਨ ਦੀ ਪੋਰਟ ਆ ਹਨਾ ਆਇਰਾਨ ਦੀ ਪੋਰਟ ਤੇ ਆਹ ਵਾਲਾ ਫਿਰ ਹਾਈਵੇ ਜ਼ਾਰੰਦ ਜ਼ਾਰੰਦ ਤੇ ਦਿਲਾਰਮ 218 ਕਿਲੋਮੀਟਰ ਦਾ ਹਾਈਵੇ ਇਹ ਭਾਰਤ ਨੇ ਪੈਸੇ ਇਨਵੈਸਟ ਕਰਕੇ ਬਣਾਇਆ ਸੀ ਸੋ ਹੁਣ ਤੁਹਾਨੂੰ ਪਤਾ ਦੇਸ਼ਾਂ ਚ ਹੁਣ ਪਾਕਿਸਤਾਨ ਗੱਭੇ ਆਉਂਦਾ ਸੀ ਉਹੀ ਗੱਲ ਆ ਸੋ ਇੱਧਰ ਦੀ ਤਾਂ ਸਮਾਨ ਜਾਣਾ ਨਹੀਂ ਸੀ ਸੋ ਇਹ ਨਹੀਂ ਇਰਾਨ ਨਾਲ ਕਰਕੇ ਸੋ ਇੱਧਰ ਆਪਣਾ ਸਮਾਨ ਅਫਗਾਨਿਸਤਾਨ ਚ ਬਹੁਤ ਪਛਾਹਤਾ ਭਾਰਤ ਨੇ ਹਨਾ ਸੋ ਅਫਗਾਨਿਸਤਾਨ ਤੋਂ ਵੀ ਬਿਤੇਰਾ ਕੁਝ ਆਉਂਦਾ ਸੋ ਅਫਗਾਨਿਸਤਾਨ ਵਿਚਾਰਿਆਂ ਕੋਲ ਕੀ ਆ ਡੋਡੇ ਹੀ ਆ ਡੋਡੇ ਫੀਵ ਆ ਹੋਰ ਉਹਨਾਂ ਕੋਈ ਕੀ ਆ ਵਿਚਾਰਿਆਂ ਕੋ ਹਨਾ ਪਹਾੜ ਆ ਉੱਥੇ ਕਿਹੜਾ ਕੁਝ ਇੰਨੀ ਫਸਲ ਬਾੜੀ ਹੁੰਦੀ ਆ ਤੇ ਹੋਰ ਦਿਖਾਉਣੇ ਤੁਹਾਨੂੰ ਸੋ ਇਸ ਵੀਡੀਓ ਚ ਇਹ ਦਿਖਾਇਆ ਗਿਆ 3 ਬਿਲੀਅਨ ਡਾਲਰ ਭਾਰਤ ਨੇ ਪਾਕਿਸਤਾਨ ਚ ਇਨਵੈਸਟ ਕੀਤਾ ਹੋਇਆ ਹਨਾ ਹੋਰ ਤਸਵੀਰਾਂ ਦਿਖਾਉਣੇ ਤੁਹਾਨੂੰ ਖਰਚਾ ਕਿੱਥੇ ਕਿੰਨਾ ਆ ਹਨਾ ਤੇ 2013 ਚ ਭਾਰਤੀ ਕੈਬਨਟ ਨੇ ਅਪਰੂਵ ਕੀਤਾ ਸੀ 1457 ਕਰੋੜ ਰੁਪਏ ਦਾ ਖਰਚਾ ਤੇ ਇਹ ਦੇਖ ਸਕਦੇ ਆ ਹਨਾ ਤੇ ਨਰਿੰਦਰ ਮੋਦੀ ਤੇ ਅਸ਼ਰਫ ਗਨੀ ਨੇ 4 ਜੂਨ 2016 ਨੂੰ ਉਦਘਾਟਨ ਕੀਤਾ ਸੀਗਾ ਹਨਾ ਦੇਖ ਸਕਦੇ ਆ ਤੇ ਪ੍ਰੋਜੈਕਟ ਦੋ ਜਿਹੜੇ ਤਿੰਨ ਚਾਰ ਪ੍ਰੋਜੈਕਟ ਉਹਨਾਂ ਦਾ ਉਦਘਾਟਨ ਨਰਿੰਦਰ ਮੋਦੀ ਨੇ ਕੀਤਾ ਪ੍ਰਧਾਨ ਮੰਤਰੀ ਨੇ ਇਹਨਾਂ ਦੀ ਜਿਹੜੀ ਨਵੀਂ ਪਾਰਲੀਮੈਂਟ ਬਣਾਈ ਆ ਸਲਮਾ ਡੈਮ ਹੋਇਆ ਹਨਾ ਉਹ ਤੁਹਾਨੂੰ ਦਿਖਾਉਣਾ ਮੋਦੀ ਦੀਆਂ ਵੀ ਤਸਵੀਰਾਂ ਦਿਖਾਉਣਾ ਤੇ ਵਿੱਚ ਆ ਚੀਜ਼ ਵੀ ਆ ਚੀਜ਼ ਵੀ ਭਾਰਤ ਨੇ ਬਣਾ ਕੇ ਦਿੱਤੀ ਹੁਣ ਲੋਕਾਂ ਨੇ ਕਹਣਾ ਯਾਰ ਇਤੋਂ ਦਾ ਵੱਡੀ ਕੋਠੀ ਸਾਡੇ ਪਿੰਡਾਂ ਚ ਹੁੰਦੀ ਆ ਇਹ ਕੀ ਚੀਜ਼ ਆ ਦੇਖ ਲੋ ਛੋਟਾ ਜਿਹਾ ਘਰ ਆ ਇਹਨੂੰ ਸਟੋਰਪਲੇਸ ਕਹਿੰਦੇ ਆ ਐਸਟੀਯੂਆਰ ਸੋ ਇਹ ਨਾਮ ਹੱਤਪੂਰਨ ਕਿਉਂ ਸੀ ਅਫਗਾਨਿਸਤਾਨ ਲਈ ਦਰਸਲ ਇਹ ਬਣਿਆ ਸੀਗਾ 1880 ਦੇ ਗੇਟ ਚ ਰਾਵਲਪਿੰਡੀ ਪੈਕਟ ਕਹਿੰਦੇ ਆ ਜਿਹਦਾ ਸੰਧੀਆ ਹੁੰਦੀ ਆ ਆਪਣੇ ਆਪਣੇ ਮਸ਼ਹੂਰ ਆ Shimla ਸਮਝੌਤਾ ਜਾਂ Geneva ਪੈਕਟ ਕਹਿ ਦਿੰਦੇ ਹਨਾ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਆ ਹਨਾ ਸਮਝੌਤੇ ਇੱਥੇ ਰਾਵਲਪਿੰਡੀ ਪੈਕਟ ਹੋਇਆ ਸੀ ਇਸ ਦੇ ਇੱਕ ਕਮਰੇ 'ਚ ਤੇ ਉਸ ਤੋਂ ਬਾਅਦ 19 ਅਗਸਤ ਵੀ ਸ਼ਾਇਦ 19 ਅਗਸਤ ਨੂੰ ਅਫਗਾਨਿਸਤਾਨ ਦਾ ਆਜ਼ਾਦੀ ਦਿਵਸ ਹੁੰਦਾ ਤੇ 19 ਅਗਸਤ ਨੂੰ ਪਾਕਿਸਤਾਨ ਨੂੰ ਸੰਪੂਰਨ ਆਜ਼ਾਦੀ ਮਿਲੀ ਸੀ ਸੋ ਇਸ ਦੇ ਇੱਕ ਕਮਰੇ 'ਚ ਉਹ ਰਾਵਲਪਿੰਡੀ ਪੈਕਟ ਹੋਇਆ ਸੀ ਰਾਵਲਪਿੰਡੀ ਸਮਝੌਤਾ ਤੋ ਇਸ ਲਈ ਇਸ ਬਿਲਡਿੰਗ ਨੂੰ ਬਗਾਨਿਸਤਾਨ ਵਾਲੇ ਬਹੁਤ ਮਹੱਤਵਪੂਰਨ ਸਮਾਧ ਦੇ ਤਾਲਵਾਨ ਵਾਲਿਆਂ ਨੇ ਇਹ ਵੀ ਅਡਾਤਤੀ ਸੀ ਹੈਨਾ ਛੋਟਾ ਜਿਹਾ ਆ ਐਡਾ ਵੱਡਾ ਨਹੀਂ ਤੇ 1880 ਦਾ ਇਹ ਬਣਿਆ ਹੋਇਆ ਸੀ ਇਸ 'ਚ ਵੀ ਭਾਰਤ ਨੇ ਬਹੁਤ ਪੈਸੇ ਖਰਚੇ ਆ ਹੈਨਾ ਚਲੋ ਦੇਖਣ ਨੂੰ ਬਾਹਰੋਂ ਛੋਟਾ ਲੱਗਦਾ ਪਰ ਪੈਸਾ ਇਸ 'ਚ ਵੀ ਬੜਾ ਇਨਵੈਸਟ ਹੋਇਆ ਤੇ ਹੋਰ ਦਿਖਾਉਨੇ ਆ ਤੁਹਾਨੂੰ ਤੇ ਬਾਕੀ ਮੋਦੀ ਦੀਆਂ ਦਿਖਾਉਨੇ ਆ ਮੋਦੀ ਨੇ ਕਈ ਅਧ்கਾਟਨ ਕੀਤੇ ਹੋਆ ਹੈਨਾ ਆ ਦੇਖ ਸਕਦੇ ਆ ਆ ਪਹਿਲਾਂ ਤਾਂ ਸਲਮਾ ਡੈਮ ਦਾ ਅਧ்கਾਟਨ ਕਰਤਾ ਗਨੀ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਭੱਜ ਗਿਆ ਉੱਤੋਂ ਹੈਨਾ ਮੋਦੀ ਦੀ ਚਿਹਰਾ ਦਾ ਆਪਾਂ ਚਲੋ ਦਿਖਾਉਂਦੇ ਹੀ ਨੀਗੇ ਤੇ ਆ ਦੇਖ ਸਕਦੇ ਆ ਇਹ ਕਰਦੇ ਆ ਟਾਈਮ ਦਾ ਅਧਗਾਟਨ ਤੇ ਅਫਗਾਨਿਸਤਾਨ ਦੀ ਪਾਰਲੀਮੈਂਟ ਦਾ ਅਧਗਾਟਨ ਰੀਵਨ ਆ ਵੀ ਮੋਦੀ ਆ ਤੇ ਇਹ ਜਿਹੜੀ ਪਾਰਲੀਮੈਂਟ ਤਾਲੀਬਾਨ ਨੇ ਅੜਾਤੀ ਸੀ ਅਫਗਾਨਿਸਤਾਨ ਦੀ ਇਹ ਉਹਦੀ ਤਸਵੀਰ ਆ ਪੁਰਾਣੀ ਪਾਰਲੀਮੈਂਟ ਦੀ ਹੈਨਾ ਸੋ ਅਫਗਾਨਿਸਤਾਨ ਦੀ ਪਾਰਲੀਮੈਂਟ 'ਚ ਵੀ ਭਾਰਤ ਦਾ ਹੀ ਸਾਰਾ ਪੈਸਾ ਲੱਗਿਆ ਹੋਇਆ ਆ ਸੋ ਨਵੀਂ ਪਾਰਲੀਮੈਂਟ ਇਹ ਸੀ ਫਿਰ ਇਦਾਂ ਦੀ ਬਣਾਈ ਗਈ ਇਹ ਨਵੀਂ ਪਾਰਲੀਮੈਂਟ ਅਫਗਾਨਿਸਤਾਨ ਦੀ ਆ ਸੋ ਹੁਣ ਸਾਰਾ ਦੇਸ਼ ਇਹ ਤਾਲੀਬਾਨ ਦੇ ਅੰਡਰ ਆ ਗਿਆ ਸੋ ਇਹ ਕਹਿਣ ਦਾ ਭਾਵ ਹੈ ਹੁਣ ਜਿਹੜਾ ਭਾਰਤ ਦਾ 3 ਬਿਲੀਅਨ ਡਾਲਰ ਤੋਂ ਜ਼ਿਆਦਾ ਪੈਸਾ ਅਫਗਾਨਿਸਤਾਨ ਚ ਵੇਸਟ ਹੋਇਆ ਉਹਦਾ ਹੋਊਗਾ ਕੀ ਕੀ ਹੋਊਗਾ ਹੁਣ ਹਨਾ ਤਾਲੀਬਾਨ ਵਾਲੇ ਕੀ ਕਰੂਗੇ ਉਹਨਾਂ ਦੀ ਜੀ ਕੀਤਾ ਉਹ ਨਹੀਂ ਇਹਨੂੰ ਵੀ ੜਾ ਦੇਣਾ ਹਨਾ ਸੋ ਉਹ ਤਾਂ ਡੈਮ ਤੇ ਵੀ ਨਹੀਂ ਅਟੈਕ ਕੀਤਾ ਕਈ ਵਾਰ ਸਾਲਮਾ ਡੈਮ ਤੇ ਹਨਾ ਸੋ ਹੁਣ ਇਸ ਵੇਲੇ ਪ੍ਰੈਜ਼ੈਂਟ ਚ ਸਿਚੁਏਸ਼ਨ ਪਤਾ ਨਹੀਂ ਹਨਾ ਤੇ ਇਹ ਜਿਹੜਾ ਸਟੋਰ ਪਲੇਸ ਆ ਇਹ ਮੋਦੀ ਨੇ ਇੰਡੀਆ ਬੈਠੇ ਨਹੀਂ ਇਹਦਾ ਅਧਿਕਾરણ ਕੀਤਾ ਸੀ ਪਿੱਛੇ ਨਹਿਰੂ ਗਾਂਧੀ ਦੀ ਫੋਟੋ ਲਾਈ ਬੈਠਾ ਹੈ ਚਲੋ ਲਾਉਣੀ ਪੈਂਦੀ ਆ ਭਰਾਵੋ ਅਗਲਾ ਵੀ ਕੀ ਕਰੇ ਆ ਦੇਖੋ ਅਗਨੀ ਬੈਠਾ ਮੋਰੇ ਵੀਡੀਓ 깟 ਤੇ ਜਿਹੜਾ ਮੈਂ ਦਿਖਾਇਆ ਸਟੋਰ ਪਲੇਸ ਉਹਦੀ ਫੋਟੋ ਆ ਇਹਦਾ ਕਾਟਨ ਮੋਦੀ ਨੇ ਇੰਡੀਆ ਤੋਂ ਕੀਤਾ ਸੀਗਾ ਉਸਲੇ ਨਹੀਂ ਸੀ ਅਫਗਾਨਿਸਤਾਨ ਗਿਆ ਹਨਾ ਸੋ ਹੋਰ ਦਿਖਾਉਣੀ ਆ ਤੁਹਾਨੂੰ ਤੇ ਬਾਕੀ ਫੋਟੋਆਂ ਰਹਿ ਗਈਆਂ ਦੋ ਤੇ ਜਿਹੜਾ ਸਲਮਾ ਡੈਮ ਆ 1900 ਮਾਦਰਾ ਪਿਆਸ 57 ਦੇ ਗੇਟ ਚ ਕਦੀ ਸ਼ੁਰੂ ਹੋ ਜਾਂਦਾ ਸੀ ਕਦੀ ਕੁਝ ਹੋ ਜਾਂਦਾ ਸੀ ਸੋ ਇਹ ਮਸ਼ੀਨਾਂ ਉੱਥੇ ਖੜੀਆਂ ਜੰਗ ਲੱਗੀਆਂ ਹੋਈਆਂ ਮਸ਼ੀਨਾਂ ਹਨਾ ਸਲਮਾ ਡੈਮ ਚ ਬੜੇ ਡਿਲੇ ਹੋਏ ਹਨਾ ਔਖਾ ਸੌਖਾ ਹੋ ਗਿਆ ਫਿਰ ਭਾਰਤ ਦੀ ਮਦਦ ਨਾਲ ਤਿਆਰ ਹੋਇਆ ਸੀ ਸਲਮਾ ਡੈਮ ਜਿਹਨੂੰ ਕਿ ਇੰਡੀਆ ਅਫਗਾਨਿਸਤਾਨ ਫਰੈਂਡਸ਼ਿਪ ਡੈਮ ਵੀ ਕਿਹਾ ਜਾਂਦਾ ਸੋ ਪਾਕਿਸਤਾਨ ਸੱਚ ਅਫਗਾਨਿਸਤਾਨ ਚ ਇਨਵੈਸਟ ਤੇ ਬਾਕੀ ਹੋਰ ਵੀ ਨਿੱਕ ਸੋਕ ਭਾਰਤ ਨੇ ਕੀ ਕੀ ਦਿੱਤਾ ਅਫਗਾਨਿਸਤਾਨ ਨੂੰ ਅਦਰ ਕੰਟਰੀਬਿਊਸ਼ਨਸ ਹਨਾ ਤੇ ਭਾਰਤ ਸਰਕਾਰ ਦੇ ਕਹਿਣ ਦੇ ਅਨਸਾਰ 400 ਬੱਸਾਂ ਦਿੱਤੀਆਂ ਹੋਈਆਂ ਹਨ ਅਫਗਾਨਿਸਤਾਨ ਨੂੰ ਤੋਹਫੇ ਵਜੋਂ 200 ਮਿੰਨੀ ਬੱਸਾਂ 105 ਯੂਟਿਲਿਟੀ ਵੀਹਿਕਲਸ ਫॉर ਮਿਊਂਸਪੈਲਟੀ 285 ਮਿਲਟਰੀ ਵੀਹਿਕਲਸ ਐਂਡ ਨੈਸ਼ਨਲ ਆਰਮੀ ਐਡ 10 ਐਮਬੂਲੈਂਸ ਹਨ ਇਹ ਛੋਟੀਆਂ ਮੂਟੀਆਂ ਚੀਜ਼ਾਂ ਜਿਹੜੀਆਂ ਅਫਗਾਨਿਸਤਾਨ ਨੂੰ ਭੇਂਟ ਕੀਤੀਆਂ ਹੋਈਆਂ ਜਿਹੜਾ 218 ਕਿਲੋਮੀਟਰ ਦਾ ਬਾਰਡਰ ਹਾਈਵੇ ਬਣਾਇਆ ਗਿਆ ਸੀ ਪੂਰਤ ਤੋਂ ਉੱਥੇ ਇੰਡੀਆ ਵਾਲਿਆਂ ਨੇ ਬਣਾਇਆ ਸੀ ਇੰਡੀਆ ਦੇ ਬੰਦੇ ਸੀ ਸੋ ਤਾਲਿਬਾਨ ਵਾਲਿਆਂ ਨੇ ਅਟੈਕ ਕਰਕੇ ਉੱਥੇ ਮੌਤਾਂ ਵੀ ਕੀਤੀਆਂ ਸੀ ਹਨਾ ਬੰਦਿਆਂ ਦੀਆਂ ਜਿਹੜੇ ਇੰਡੀਆ ਤੋਂ ਬਣਾਉਣ ਗਏ ਸੀ ਹਨਾ ਤੇ ਆਪਣੇ ਇੰਡੀਆ ਦੀ ਸਕਿਉਰਟੀ ਵੀ ਇੰਡੀਆ ਦੀ ਵਰਤੀ ਗਈ ਸੀ ਉੱਥੇ ਸੋ ਆਪਣੇ ਜਿਹੜੇ ਆਪਣੇ ਸੀਗੇ ਹਨਾ ਉਹਨਾਂ ਦੀ ਬਣਾਉਣ ਵਾਲਿਆਂ ਦੀ ਵੀ ਡੈਥ ਹੋਈ ਸੀ ਜਿਹੜੇ ਸਕਿਉਰਟੀ ਕਰਨ ਵਾਲੇ ਭਾਰਤ ਤੋਂ ਭੇਜੇ ਗਏ ਸੀ ਉਹ ਵੀ ਤੇ ਇਹਨਾਂ ਤੇ ਖਰਚਾ ਟੋਟਲ ਰੁਪਈਆਂ 'ਚ ਵੀ ਤੁਹਾਨੂੰ ਦੱਸਾਂਗੇ ਹਨਾ ਤੇ ਜੀ ਤੇ ਰੂਟ 606 ਕਹਿੰਦੇ ਆ ਇਹਨੂੰ ਤੁਸੀਂ ਵੀ ਪੜ੍ਹ ਸਕਦੇ ਆ ਹਨਾ ਜਿਹੜਾ ਉਹ ਮੈਂ ਦਿਖਾਇਆ 218 ਕਿਲੋਮੀਟਰ ਦਿਲ ਆ ਰਮਜ਼ਾਰਨ ਜ਼ਹਾਈਵੇ 606 ਰੂਟ ਕਹਿੰਦੇ ਆ ਇਹਨੂੰ ਹਨਾ ਤੇ ਆਦਿਲ ਆ ਰਮ ਹਨਾ ਟੂ ਦਾ ਬਾਰਡਰ ਆਫ ਦਾ ਇਰਾਨ ਸੋ ਉੱਥੋਂ ਤੇ ਦੇਖ ਸਕਦੇ ਆ ਤੇ ਇੰਡੀਆ ਦੀ ਡਿਵੈਲਪਡ ਬਾਈ ਇੰਡੀਆਸ ਬਾਰਡਰ ਰੋਡ ਆਰਗੇਨਾਈਜੇਸ਼ਨ ਹਨਾ ਸੋ ਰੁਪਈਆਂ ਚ ਵੀ ਨਾ ਤਾਂ ਦੱਸਾਂਗੇ ਕਿੰਨੇ ਰੁਪਈਏ ਭਾਰਤ ਨੇ ਖਰਚੇ ਅਫਗਾਨਿਸਤਾਨ ਚ ਸਲਮਾਨ ਡੈਮ ਬਣਾਇਆ ਇਹ ਵਾਲਾ ਹਾਈਵੇ ਬਣਾਇਆ ਸਟੋਰ ਪਲੇਸ ਬਣਾਇਆ ਅਫਗਾਨਿਸਤਾਨ ਦਾ ਪਾਰਲੀਮੈਂਟ ਬਣਾਇਆ ਹੋਰ ਛੋਟੀਆਂ ਮੋਟੀਆਂ ਕਈ ਚੀਜ਼ਾਂ ਬਣਾਈਆਂ ਸੋ ਸਾਰਾ ਕੁਝ ਬਣਾਇਆ ਤਾਂ ਆਪਣੇ ਫਾਇਦੇ ਲਈ ਸੀਗਾ ਪਰ ਹੁਣ ਪ੍ਰੈਜ਼ੀਡੈਂਟ ਚ ਤਾਂ ਹੁਣ ਭਰਾਵੋ ਪਤਾ ਨਹੀਂ ਕੀ ਹੋਣਾ ਹੈ ਉੱਥੇ ਦਾ ਸੋ ਤਸਵੀਰਾਂ ਦੂਗ ਹੋਰ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਜੀ ਤੇ ਬਾਕੀ ਜਿੱਦਾਂ ਜਿੱਦਾਂ ਨਿਊਜ਼ ਆਈ ਜੰਨੀ ਆ ਦੱਸੀ ਜਾਵਾਂਗੇ ਤੇ ਕੀਤੀ ਤਾਂ ਮਾੜੀ ਆ ਅਮਰੀਕਾ ਵਾਲਿਓ ਚਲੋ ਕੋਈ ਨਹੀਂ ਭਰਾਵੋ ਕਹਿੰਦੇ ਰੱਬ ਦੇਖਦਾ ਇਨਾਂ ਵੀ ਵਸੇ ਨਹੀਂ ਆਉਣਾ ਚਾਹੀਦਾ ਯਾਰ ਤਸਵੀਰਾਂ ਦੇਖ ਕੇ ਬੰਦਾ ਮਾੜੇ ਦਿਲ ਵਾਲਾ ਤਾਂ ਫਿਰ ਹਨਾ ਤੇ ਬਾਕੀ ਸਾਰਿਆਂ ਦਾ ਥੈਂਕ ਯੂ ਵਿਊ ਤਾਂ ਆਪਣੇ 15 20 ਲੱਖ ਹੁੰਦੇ ਤੇ ਕਲਿੱਕ ਸਿਰਫ ਹਜ਼ਾਰ ਬੰਦਾ ਹੀ ਕਰਦਾ ਯਾਰ ਕਰਦੇ ਆਕਰ ਉਹਨਾ ਹੌਸਲਾ ਹੀ ਹੋ ਜਾਂਦਾ ਵੀ ਵੀਡੀਓ ਤੁਸੀਂ ਪਸੰਦ ਕਰਦੇ ਆ ਹਨਾ ਸੋ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਹੁਤ ਘੱਟ ਕਲਿੱਕਾਂ ਕਰਦੇ ਆ ਭਰਾਬੂ ਤੁਸੀਂ ਇਹਨਾਂ ਦੇਚਾਂ ਚੱਲ ਗਏ ਤੁਹਾਨੂੰ ਤਾਂ ਕਲਿੱਕ ਕਰਨੀ ਬਹੁਤ ਸੌਖੀ ਆਉਂਦੀ ਹੁੰਨੀ ਹਨਾ ਚਲੋ ਇੰਡੀਆ ਚ ਕਈ ਕਹਿੰਦੇ ਬਾਜੀ ਨਹੀਂ ਪਤਾ ਲੱਗਦਾ ਉਹਨਾਂ ਦਾ ਤਾਂ ਮੰਨ ਲਊ ਇਹੜੇ ਪ੍ਰਦੇਸ਼ਾਂ ਚ ਆ ਗਿਆ ਸਭ ਨੂੰ ਪਤਾ ਹੀ ਕਰ ਦਿਆ ਕਰੋ ਹੌਸਲਾ ਹੋ ਜਾਂਦਾ ਵੀ ਬਾਈ ਇੰਨੀਆਂ ਚੀਜ਼ਾਂ ਲੈ ਕੇ ਆਉਣਾ ਲੱਭ ਕੇ ਕੱਲ ਨੂੰ ਤੁਹਾਨੂੰ ਇੱਕ ਗੋਰੀ ਦਿਖਾਉਂਗੇ ਅਮਰੀਕਾ ਚ ਅਮਰੀਕਾ ਦੀ ਸੈਨੇਟ ਚ ਬੁਰਕਾ ਪਾ ਕੇ ਉਹਨੇ ਭਾਸ਼ਣ ਦਿੱਤਾ ਸੀ ਉਹ ਕੌਣ ਸੀ ਸੋ ਖਬਰਾਂ ਲੱਭਣੀਆਂ ਔਖੀਆਂ ਆ ਥੋੜੀਆਂ ਸੋ ਹੌਸਲਾ ਹੀ ਹੋ ਜਾਂਦਾ ਹਨਾ ਪ੍ਰਾਭੂ ਹੈਨਾ ਤੇ ਬਾਕੀ ਕੱਲ ਕਬੱਡੀਆਂ ਦੇਖ ਕੇ ਆਇਆ ਕਬੱਡੀਆਂ ਵਾਲਿਆਂ ਨੂੰ ਤਾਂ ਵੱਡੇ ਵੱਡੇ ਗੱਫੇ ਮਿਲਦੇ ਸਪੋਰਟਰ ਮੈਨੂੰ ਤਾਂ ਪ੍ਰਾਭੂ ਕਹਿ ਦਵਾ ਇੱਕ ਵੀ ਨਹੀਂ ਪੂਰੀ ਦੁਨੀਆ ਚ ਵੱਡਾ ਬੰਦਾ ਸਪੋਰਟਰ ਮਿਲਿਆ ਹੈਨਾ ਵੀ ਹਾਂ ਪ੍ਰਾਭਾ ਖੜਿਆ ਤੇਰੇ ਨਾਲ ਸੋ ਤੁਸੀਂ ਕਲਿੱਕਾਂ ਹੀ ਕਰਦਿਆ ਕਰੋ ਆਪਾਂ ਨੂੰ ਕੋਈ ਤਕੜਾ ਪੈਸੇ ਵਾਲਾ ਤਾਂ ਕੋਈ ਮਿਲਿਆ ਨਹੀਂ ਵੀ ਹਾਂ ਕੋਈ ਚੱਕਰ ਨਹੀਂ ਚੱਕ ਦੇ ਕੰਮ ਨੂੰ ਸੋ ਪ੍ਰਾਭੂ ਸਭ ਨੂੰ ਪਤਾ ਆ ਲਿੰਕ ਜੇ ਨਹੀਂ ਖੁੱਲਦਾ Google ਤੇ ਸਰਚ ਕਰਕੇ www.hindiradio.co ਇਹ ਖੋਲ ਕੇ ਦੋ ਐਡਾ ਆਉਣੀਆਂ ਇੱਕ ਆ ਸਿਰ ਤੇ ਆ ਕਾ ਮੇਰੇ ਸਿਰ ਦੇ ਉੱਤੇ ਕਿੰਨਾ ਕੰਮ ਆ ਹਨ ਲਓ ਜੀ ਆ ਆ ਦੇ ਉਹਨਾਂ ਦੀ ਵੈਬਸਾਈਟ ਖੁੱਲ ਗਈ ਮੜ ਜਾ ਦੇਖਿਆ ਚਾਲ ਜੀ ਹਨਾ ਮੈਂ ਕਿਹਾ ਕਿ ਨਾ ਕੁਝ ਪਾਏ ਕਰੋ ਜਾਂ ਕੁਝ ਕਰੋ ਹਨਾ ਤੁਹਾਡਾ ਕੋਈ ਪੈਸਾ ਵੀ ਨਹੀਂ ਲੱਗਣਾ ਨੈਟ ਦਾ ਵੀ ਨਹੀਂ ਖਰਚਾ ਆਉਣਾ ਆ ਦੂਜੀ ਐਡ ਆ ਮੇਰੇ ਸਿਰ ਦੇ ਉੱਤੇ ਇੱਥੇ ਕਲਿੱਕ ਕਰਤਾ ਇੰਨਾ 5 ਸੈਕਿੰਡ ਦਾ ਕੰਮ ਆ ਤੇ ਜਦੋਂ ਮੈਂ ਆਪਣੀ ਐਡ ਦਾ ਦੱਸਣ ਲੱਗਦਾ ਉਦੋਂ ਦੇਖਣ ਵਾਲੇ ਵੀ ਭੱਜ ਜਾਂਦੇ ਕੋਈ ਚੱਕਰ ਨਹੀਂ ਭਰਾਵੋ ਠੀਕ ਆ ਦੁਨੀਆ ਮਤਲਬ ਦੀ ਕੋਣ ਕਿਸੇ ਦਾ ਬੇਲੀ ਹੈ ਇਹ ਸੱਚੀਆਂ ਗੱਲਾਂ ਸਿਆਣਿਆਂ ਦੀਆਂ ਹਰ ਇੱਕ ਨੂੰ ਆਪਣੇ ਤੱਕ ਹੀ ਮਤਲਬ ਹੁੰਦਾ ਆਪਾਂ ਆਪਣੀ ਗੱਲ ਸੁਣ ਲਈ ਦੇਖ ਲਈਏ ਪਕਾਈ ਮਾਰਦਾ ਬਿਮਾਰੀ ਜਾਵੇ ਕੋਈ ਚੱਕਰ ਨਹੀਂ ਤੇ ਬਾਕੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਸਵੇਰ ਨੂੰ ਨਵੀਂ ਵੀਡੀਓ ਨਾਲ ਕਲਿੱਕ ਕਰਦੇ ਹੋ ਜੀ ਲਿੰਕ ਪਾ ਦਿੰਦਾ ਸਭ ਨੂੰ ਪਤਾ ਹੀ ਆ ਕਿੱਦਾਂ ਕਲਿੱਕ ਕਰਨੀ ਵੀਡੀਓ ਸ਼ੇਅਰ ਵੀ ਕਰਦੇ ਹੋ ਕਮੈਂਟਾਂ 'ਚ ਆਪਣੇ ਵਿਚਾਰ ਵੀ ਦੱਸਿਓ ਅਦੀਓਸ